मॉर्निंग पापा। गुड मॉर्निंग पुत्र। गुड मॉर्निंग। वाह 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 वाह, तड़के तड़के पढ़ाया, शाबाश मेरा पुत्र, शाबाश। तू मेरा नाम रोशन जरूर करेगा, शाबाश, जिंदा रहना। ओ पोले। हाँ जी पापा जी। लक्की किथे आ? पता नहीं पापा जी, मैंने उधर आता ही नहीं आया। राधा ही आया? पता नहीं की करता रहिंदा। बस ये मुंडा मेरा नाम जरूर टूटेगा, पता नहीं किथे दबा हो गया, राधा ही नहीं आया। प्लीज लाइक वीडियो, सब्सक्राइब चैनल एंड प्रेस द बेल आइकन। लुधियाने में चोरी, डाका मिल गया। लुधियाने में लखन मिली चोरी। ओहो, की बनेगा लोगों का, सारे ऊपर से चोरी ही होने लगी। ओहो, की हो गया इस दुनिया में। सरसीदा सेठ साहब। हां सरसीदा तारिया, और ठीक है भाई, ठीक चलती है तेरी चौकीदारी? वाह बहुत बढ़िया, चढ़दी कला। शाबाश शाबाश। बाहर दो भिखारी आए सी, कहंदे सेठ साहब नु मिलना है। ले भाई आ फड़ 10 रुपए ते तोर उहनां नु। 10 रुपए नहीं मांगदे जी, ओ कहंदे तुहाडे दर्शन करने आ। मेरे दर्शन करना चाहुंदे? ओ मैं कोई रब लगे आ भाई। नहीं जी ओ नहीं मंनदे, कहंदे सेठ साहब नु मिल के जा। तेनु नहीं पता तारिया, ए अजकल ना चोर जिहड़े आ भिखारी भुखरी ना बड़ी स्कीमां ला के आउंदे आ, पहलों घर वेख लैंदे आ ते घर दा सारा भेद लैके ते फिर चोरियां कर जावे। ओ मैं हुणे खबरां पढ़दा पिया, चोरियां कर जांदे भाई, अखां च मिर्चा पा के भी। हां आ फड़ 10 रुपए ते ओ मैनूं मगरों ला। ओ नहीं जी नहीं मंनदे। ओ मन जाण गई यार, तू कहिंदे तुहाडे ही दर्शन करदे आ। मैं मेरे दर्शन क्यों करने आ? तैनूं तां पता ही तां आ, अपने मूहरले कमरे च 10 तोले सोना पिया मेरा अलमारी। ओ नो 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 नो, ते लकड़ां दी अलमारी गबे आली, तैनूं 1 लाख रुपया कैश पिया। ਸੇਠ ਸਾਹਿਬ ਜੀ ਘਰ ਦਾ ਭੇਤ ਨਹੀਂ ਦੇਈਦਾ ਹੁੰਦਾ। ਲੈ ਲੈ ਭੇਤ ਨਹੀਂ ਦੇਈਦਾ, ਲੈ ਤੂੰ ਕਿਹੜਾ ਘਰ ਕਿਸੇ ਨਾਲ ਗੱਲ ਕਰਨੀ ਹੈ, ਤੂੰ ਤਾਂ ਘਰ ਦਾ ਬੰਦਾ ਹੀ ਹੈ ਭਾਈ। ਆ ਫੜ ਅੱਤੇ ਆ ਮੇਰਾ ਪੁੱਤ ਜਾ ਕੇ ਉਹਨਾਂ ਨੂੰ। ਨਹੀਂ ਨਹੀਂ ਰੱਖ ਲਓ, ਕੋਈ ਗੱਲ ਨਹੀਂ, ਉਹ ਚਲੇ ਗਏ। ਚਲੇ ਗਏ? ਹਾਂਜੀ ਛੱਡ ਪਰੇ ਫਿਰ ਤੂੰ ਰੱਖ ਜੇ। ਓਏ ਓਏ ਲੱਕੀ ਤੂੰ ਕਿੱਥੇ ਗਿਆ ਸੀ ਹੈ? ਰਾਧਾ ਘਰ ਨਹੀਂ ਬੋਲਿਆ, ਨਸ਼ੇੜੀ ਜਾ ਕੇ ਤੁੰਦਾ। ਆ ਦੇਖ ਆ ਗੋਤਾ ਲੈ ਕੇ ਦੀ, ਜਿਵੇਂ ਕੁੱਤੇ ਦੀ ਪੂਛ ਨੂੰ ਰਬੜ ਪਾਈ ਹੁੰਦੀ ਹੈ। ਚੰਗਾ ਸੇਠ ਸਾਹਿਬ ਨੂੰ ਵੀ ਜਾਂਦਾ ਜੀ। ਚੰਗਾ ਭਾਈ ਲੈ ਭਲਾ, ਆ ਮੋਗੇ ਚ ਵੀ ਚੋਰੀ, ਆ ਤਾਰਿਆਂ ਦੇਖ ਲੈ ਮੋਗੇ ਚ ਵੀ ਚੋਰੀ, ਹੋਰ ਬਾਕੀ ਬਣੂ ਦੁਨੀਆ ਦਾ। ਮਾਰ ਕੇ ਸੁੱਟ ਗਏ ਮੈਨੂੰ ਤਾਂ, ਹਾਏ ਰੱਬਾ ਹੁਣ ਕੀ ਕਰਾਂ ਮੈਂ। ਤਾਰਿਆ ਉਹ ਤਾਰਿਆ, ਉਹ ਤੇਰੀ ਵੀ ਚੌਕੀਦਾਰੀ ਕੰਮ ਨਾ ਆਈ ਭਾਈ ਓਏ, ਸਭ ਕੁਛ ਲੈ ਗਏ ਮੇਰਾ। ਉਹ ਸੇਠ ਸਾਹਿਬ ਮਾੜੀ ਜੀ ਆਪਕੀ ਲੱਗ ਗਈ, ਤੁਹਾਡੀ ਚੋਰੀ ਹੋ ਗਈ। ਸਭ ਕੁਛ ਲੈ ਗਏ, ਕੁਛ ਨਹੀਂ ਛੱਡਿਆ ਕੰਜਰਾਂ ਨੇ, ਉਹ ਸਭ ਕੁਛ ਲੈ ਗਏ। ਅੰਦਰ ਗੱਲ ਕੀ ਹੋ ਗਈ ਆ? ਭਰਾ ਕੀ ਦੱਸਾਂ, ਕੁਛ ਨਹੀਂ ਛੱਡਿਆ, ਸਭ ਕੁਛ ਲੈ ਗਏ। ਨੋ 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 ਨੋ, ਉਹ ਤੈਨੂੰ ਮੈਂ ਦੱਸਿਆ ਸੀ ਨਾ, ਤੈਨੂੰ ਤਾਂ ਪਤਾ ਹੀ ਹੈ ਵੀ ਇੰਨਾ ਕੁਛ ਘਰੇ ਪਿਆ। ਇਹ ਆਪਣਾ ਮੂਹਰਲਾ ਕਮਰਾ ਨਾ, ਉਹਦੇ 10 ਤੋਲੇ ਸੋਨਾ ਪਿਆ, ਪੂਰਾ 10 ਤੋਲੇ, ਤੇ ਨਾਲੇ ਉਹ ਗਬਲਾ ਕਮਰਾ, ਉਹ ਗਬਲੇ ਕਮਲੇ 'ਚ ਲੱਕੜਾਂ ਦੀ ਅਲਮਾਰੀ, ਉਹ ਜਿਹੜੀ ਨੁੱਕਰ 'ਚ ਪਈ ਆ, ਉਹਦੇ 'ਚ ਪੂਰਾ 3 ਲੱਖ ਕੈਸ਼ ਪਿਆ। ਉਹ ਮੈਨੂੰ ਤਾਂ ਫਿਕਰ ਹੀ ਲੱਗਾ ਰਹਿੰਦਾ। ਉਹ ਅੰਕਲ ਕਿਸੇ ਨੂੰ ਘਰ ਦਾ ਭੇਜ ਨਹੀਂ ਦੇਈਦਾ। ਉਹ ਨਹੀਂ ਪੁੱਤ, ਫਿਰ ਕੀ ਹੋ ਗਿਆ, ਤੂੰ ਕਿਹੜਾ ਬਗਾਨਾ? ਨੋ 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 ਨੋ, ਆਏ ਹੋ ਰੱਬਾ ਸਭ ਕੁਛ ਲੈ ਗਏ। ਤੁਹਾਨੂੰ ਕਿਸੇ 'ਚ ਸ਼ੱਕ ਹੈ? ਸ਼ੱਕ ਸ਼ੱਕ ਤਾਂ ਮੈਨੂੰ ਬੜਾ ਬੰਦਿਆਂ ਦੇ ਭਾਈ, ਚੱਕ ਦਾ ਨਾਂ ਲਈਏ, ਕੀ ਪਤਾ ਕੌਣ ਲੈ ਗਿਆ। ਤੁਸੀਂ ਟੈਨਸ਼ਨ ਨਾ ਲਓ, ਚੋਰ ਫੜਿਆ ਜਾਊਗਾ, ਇੱਕ ਤਰੀਕਾ ਹੈਗਾ ਆਪਣੇ ਕੋਲ। ਚੋਰ ਫੜਿਆ ਜਾਊ? ਹਾਂਜੀ। ਕਿਹੜਾ ਬੰਦਾ ਉਹ? ਅਦਰ ਗੱਲ ਸੁਣ ਮੇਰੀ ਬਾਬਾ, ਕੋਈ ਕੰਮ ਕਰੋ, ਮੇਰੀ ਕੰਮ ਕਰੋ, ਕੰਮ ਕਰੋ। ਅੱਛਾ ਤੁਹਾਨੂੰ ਚੋਰ ਹੋ ਤੇ ਜਾ ਮੇਰੇ ਪੁੱਤ ਲੈ ਕੇ ਆ ਸਰਪੰਚ ਸਾਹਿਬ। ਤੁਸੀਂ ਕੈਮ ਹੋ, ਟੈਨਸ਼ਨ ਨਾ ਲਓ, ਚੋਰ ਤਾਂ ਕੈਮ ਤੇ ਉਦੋਂ ਹੀ ਹੋਊਗਾ ਜਦੋਂ ਕੁਝ ਮੁੜੇਗਾ। ਤੁਸੀਂ ਕੈਮ ਹੋ, ਕੈਮ ਹੋ। ਹਾਂਜੀ ਸੇਠ ਸਾਹਿਬ ਜੀ, ਸਰਪੰਚ ਸਾਹਿਬ ਆ ਗਏ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਗੱਲ ਹੋ ਗਈ? ਚੋਰੀ ਹੋ ਗਈ ਜੀ, ਹੋਣਾ ਕੀ ਸੀ, ਸਭ ਕੁਝ ਲੈ ਗਏ। ਅੱਛਾ ਜੀ, ਤੁਹਾਨੂੰ ਸ਼ੱਕ ਕਹਿੰਦੇ ਕਹਿੰਦੇ ਤੇ ਸ਼ੱਕ ਸ਼ੱਕ ਤਾਂ ਸਰਪੰਚ ਸਾਹਿਬ ਹੁਣ ਤਾਂ ਚੌਕੀਦਾਰ ਤੇ ਵੀ ਹੈ ਜੀ। ਨਹੀਂ ਜੀ ਸੇਠ ਸਾਹਿਬ, ਆ ਨਮਕ ਖਾਤਾ ਤੇ ਨਾਲੇ ਕਹਿੰਦਾ ਮੇਰੀ ਅੱਖ ਲੱਗੀ ਸੀ। ਹੋਰ ਹੋਰ ਤਾਂ ਸ਼ੱਕ ਵੈਸੇ ਤਾਂ। ਤੁਹਾਡੇ ਘਰ 'ਚ ਕੌਣ ਕੌਣ ਰਹਿੰਦਾ? ਸਾਡੇ ਘਰ 'ਚ ਜੀ ਦੋ ਮੁੰਡੇ ਆ ਜੀ ਮੇਰੇ। ਬੁਲਾਓ ਉਹਨਾਂ ਨੂੰ ਜੀ। ਉਹ ਭੋਲੇ, ਉਹ ਲੱਕੀ, ਉਹ ਇੱਧਰ ਆਓ ਭਾਈ, ਸਰਪੰਚ ਸਾਹਿਬ ਆਏ ਨੇ। ਲਓ ਜੀ ਆ ਕੇ। ਚੋਰੀ ਕਿਹਨੇ ਕੀਤੀ? ਸਰਪੰਚ ਸਾਹਿਬ ਬਾਪੂ ਨਾ ਹਰੇਕ ਕਿਸੇ ਨੂੰ ਆਪਣੇ ਘਰ ਦਾ ਭੇਜ ਦਿੰਦਾ ਰਹਿੰਦਾ। ਸਾਡੀ ਅਲਮਾਰੀ 'ਚ ਆ ਪਿਆ, ਸਾਡੇ ਘਰੇ ਆ ਆ, ਸਾਡੇ ਘਰੇ ਉਹ ਆ, ਹੁਣ ਇਹ ਕੁਛ ਤਾਂ ਹੋਣਾ ਹੀ ਸੀ, ਫਿਰ ਕਿਹਦੇ ਕਿਹਦੇ ਤੇ ਹੁਣ ਸ਼ੱਕ ਕਰੀ ਜਾਈਏ। ਜਣੇ ਖੜੇ ਨੂੰ ਭੇਜ ਦਿੰਦਾ
ਤੇ ਉਹਨੂੰ ਭੰਡੀ ਜਾ ਰਿਹਾ ਲੋਕਾਂ ਨੂੰ। ਕੁੰਜੀਆਂ ਕਰਤੂਤਾਂ ਘਰੋਂ ਕੱਢ ਦਿਓ ਮੈਨੂੰ, ਸਾਰਾ ਕੁਝ ਤਾਂ ਮੈਂ ਲੁੱਟਿਆ ਪੁੱਟਿਆ ਗਿਆ। ਸਾਡੇ ਘਰ ਆ ਪਿਆ, ਐ ਬਣਿਆ, ਐ ਖਾਦਾ, ਐਵੇਂ ਦੱਸਦੇ ਜਾ ਰਿਹਾ ਲੋਕਾਂ ਨੂੰ। ਭੇਤ ਮੈਂ ਕਿਹਨੂੰ ਦਿੱਤਾ? ਬਾਪੂ ਛੱਡਿਆ ਕਿਹੜਾ ਆਪਾਂ, ਜਿਹਨੂੰ ਨਾਂ ਦੱਸਿਆ ਹੋਵੇ। ਤੇ ਯਾਰ ਘਰ ਦੇ ਬੰਦੇ ਹੁਣ ਘਰੋਂ ਹੀ ਚੋਰੀ ਹੋ ਗਈ ਤੇ ਕੌਣ ਲੈ ਗਿਆ? ਉਹ ਸਰਪੰਚ ਸਾਹਿਬ ਜੀ, ਤੁਸੀਂ ਇੰਨੀਆਂ ਗੱਲਾਂ ਨਾ ਕਰੋ। ਉਹ ਜਿਹੜੇ ਕੰਮ ਲਈ ਤੁਹਾਨੂੰ ਬੁਲਾਇਆ ਨਾ, ਉਹ ਕੰਮ ਕਰੋ। ਚੋਰ ਫੜੋ, ਚੋਰ ਫੜਿਆ ਜਾਊਗਾ। ਤੇ ਫੜੋ ਚੋਰ ਨੂੰ ਨਾ, ਮੇਰੀ ਕਿਉਂ ਜਾਨ ਕੱਢੀ ਜਾਂਦੇ ਹੋ? ਆਹ ਵੇਖੋ, ਆਹ ਰੱਸੀ ਹੈ ਜੀ, ਚੋਰ ਫੜਨ ਵਾਲੀ ਰੱਸੀ। ਚੋਰ ਫੜਨ ਵਾਲੀ ਰੱਸੀ? ਹਾਂਜੀ। ਸੇਠ ਸਾਹਿਬ ਜੀ, ਇਹ ਰੱਸੀ ਨੂੰ ਆਮ ਰੱਸੀ ਨਾ ਸਮਝੋ। ਅੱਛਾ, ਇਹਦੇ ਨਾਲ ਸਰਪੰਚ ਸਾਹਿਬ ਨੇ ਬੜੇ ਵੱਡੇ ਵੱਡੇ ਚੋਰ ਫੜੇ ਆ। ਰੱਸੀ ਨੇ ਚੋਰ ਫੜਿਆ? ਹਾਂ। ਉਹ ਕਿਵੇਂ? ਇਹੀ ਤਾਂ ਕਮਾਲ ਵਿਖਾਉਣਾ ਤੁਹਾਨੂੰ। ਉਹ ਸਰਪੰਚ ਸਾਹਿਬ ਦੀ ਨੁਕਤਾ ਵੀ ਮੈਂ ਸਮਝਾ ਦਿੰਦਾ, ਇਹਨੂੰ ਵਰਤਣਾ ਕਿਵੇਂ ਆ। ਦੇਖੋ, ਇਹ ਜਿਹੜੀ ਰੱਸੀ ਹੈ ਨਾ, ਸਾਰੇ ਬੰਦੇ ਨੂੰ ਆਪਾਂ ਦੇ ਦੇਣੀ ਹੈ। ਸਾਰਿਆਂ ਨੇ ਆਪਦੇ ਸਿਰਾਣੇ ਥੱਲੇ ਰੱਖ ਕੇ ਸੋ ਜਾਣਾ, ਔਰ ਜਿਹੜਾ ਚੋਰ ਹੋਏਗਾ ਨਾ, ਉਹਦੀ ਰੱਸੀ 3 ਇੰਚ ਵੱਡੀ ਹੋ ਜਾਣੀ ਹੈ। ਚੋਰ ਆਪਣੇ ਆਪ ਫੜਿਆ ਜਾਣਾ। ਫਿਰ ਤਾਂ ਫੜਿਆ ਹੀ ਜਾਣਾ। ਹਾਂ, ਫੜਿਆ ਜਾਣਾ। ਠੀਕ ਹੈ, ਯਾਨੀ ਕਿ ਜਿਹਦੇ ਜਿਹਦੇ ਤੇ ਸ਼ੱਕ ਹੋਵੇ, ਇਹ ਰੱਸੀ ਉਹਨੂੰ ਦੇਣੀ ਹੈ। ਬਿਲਕੁਲ ਜੀ। ਤੇ ਲੈ ਹੁਣ, ਸਭ ਤੋਂ ਪਹਿਲਾਂ ਤੂੰ ਰੱਖ ਰੱਸੀ, ਸ਼ੱਕ ਵੀ ਨਹੀਂ ਤੇਰੇ ਤੇ ਵੀ ਹੈ। ਆਲਾ ਤਾਰੂ ਤੇ ਆਲਾ, ਤੂੰ ਹੀ ਰੱਖ ਕੋਲ ਰੱਸੀ। ਤੇ ਲੈ ਭੋਲੇ, ਅਰਸੀ ਤੂੰ ਹੀ ਰੱਖ ਲੈ। ਕੋਈ ਗੱਲ ਨਹੀਂ, ਕਰੋ। ਤੁਹਾਡੀ ਰੱਸੀ ਕਿੱਥੇ ਆ? ਹਾਂ, ਮੇਰੀ ਰੱਸੀ ਮੇਰੇ ਕੋਲ ਹੈ, ਆ ਵੇਖੋ। ਲਿਆਓ ਇੱਧਰ। ਉਹ ਮਹੱਬਾ ਦੇ ਦੇ ਨੇ ਰੱਸੀ, ਗੱਲ ਕਿਹੜੀ ਹੈ? ਹਾਂਜੀ ਸਰਪੰਚ ਸਾਹਿਬ, ਫੜਿਆਗਾ ਚੋਰ? ਬਸ ਫੜਿਆ ਜਾਊਗਾ, 2 ਮਿੰਟ ਰੁਕੋ। ਲਿਆਓ ਇਹ ਰੱਸੀ ਆਪਦੀਆਂ। ਆ ਜਾਓ ਵੀ, ਆ ਜਾਓ, ਲਿਆਓ ਲਿਓ ਲਿਆਓ ਲਿਓ ਰੱਸੀ ਆਪਦੀ ਵੀ, ਰੱਸੀ ਲੈ ਕੇ ਆਓ। ਸਰਪੰਚ ਸਾਹਿਬ ਜੀ, ਸਭ ਤੋਂ ਪਹਿਲਾਂ ਮੇਰੀ ਰੱਸੀ ਲਓ ਜੀ। ਸਰਪੰਚ ਸਾਹਿਬ ਜੀ ਚੈੱਕ ਕਰੋ ਜੀ, ਮਿਹਨਤੀ ਕਰਦੇ ਰਹੋ ਸਰਪੰਚ ਸਾਹਿਬ ਜੀ। ਨੋ 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 ਨੋ। ਲਿਓ ਚੌਂਕੀਦਾਰ ਸਾਹਿਬ ਜੀ, 1 ਮਿੰਟ। ਸਰਪੰਚ ਸਾਹਿਬ ਜੀ, ਮਾਫ ਲਓ, 1 ਮਿੰਟ ਰੁਕੋ ਜੀ, ਮਾਫ ਲਓ ਸਰਪੰਚ ਸਾਹਿਬ ਜੀ, ਮਾਫ ਲਓ। ਪੂਰੀ 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 ਹੈ, ਪੂਰੀ ਹੈ। ਲੈ ਵੀ, ਤੂੰ ਤਾਂ ਬਚ ਗਿਆ। ਬਸ ਤਾਂ ਤੂੰ ਵੀ ਗਿਆ ਬੈਂਕ ਵਾਲਾ, ਤੇਰੀ ਵੀ ਪੂਰੀ ਹੈ। ਲਿਓ ਵੀ, ਲਿਓ ਜੀ, ਇਹ ਵੀ ਪੂਰੀ ਹੈ, ਇਹ ਵੀ ਪੂਰੀ ਹੈ। ਚੋਰ ਨੂੰ ਲਿਜਾਉਣ ਵਾਸਤੇ ਕਿਹਾ ਸੀ ਕਿ ਰੱਸੀ ਵੱਡੀ ਹੋਈ ਇਹਦੀ। ਬਾਪੂ ਮਾਫ਼ ਕਰ ਦੀ ਮੈਨੂੰ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਂ ਸਾਰੀ ਰਾਤ ਸੁੱਤਾ ਨੀ ਟੈਨਸ਼ਨ ਚ, ਮੈਂ ਕਿਹਾ ਰੱਸੀ ਲੰਬੀ ਹੋ ਜੂਗੀ। ਸਰਪੰਚ ਨੇ ਕਿਹਾ ਸੀ ਵੀ ਜਿਹੜਾ ਚੋਰ ਹੋਇਆ ਉਹਦੀ ਰੱਸੀ 3 ਇੰਚ ਵੱਧ ਜਾਣੀ ਆ। ਯਾਰ ਐ ਤਾਂ ਮੈਂ ਫਸ ਜੂੰਗਾ। ਮੈਂ ਕਰਨਾ 3 ਇੰਚ ਰੱਸੀ ਕੱਟ ਦੇਣਾ, ਫਿਰ ਬਚਿਆ ਹੋਊਗਾ। ਚੋਰੀ ਤਾਂ ਮੈਂ ਕੀਤੀ ਆ, ਆਪੇ ਫਿਰ ਰੱਸੀ ਜਦੋਂ 3 ਇੰਚ ਵਧੂਗੀ ਬਰਾਬਰ ਹੋ ਜੂਗੀ, ਆਪਾਂ ਬਚ ਜਾਂਗੇ। ਠੀਕ ਆ ਕੰਮ। ਮੈਨੂੰ ਮਾਫ਼ ਕਰ ਦੇ ਬਾਪੂ, ਮੈਨੂੰ ਮਾਫ਼ ਕਰ ਦੇ ਬਾਪੂ। ਸਭ ਤੋਂ ਜ਼ਿਆਦਾ ਯਕੀਨ ਮੈਂ ਤੇਰੇ ਤੇ ਕੀਤਾ ਸੀ, ਮੈਨੂੰ ਤੇਰੇ ਤੇ ਉਮੀਦ ਨਹੀਂ ਸੀ, ਮੈਂ ਹਮੇਸ਼ਾ ਤੇਰੇ ਨਾਲ ਪਿਆਰ ਕੀਤਾ। ਜਾ ਯਾਰਾ, ਬੜੀ ਢਾਲ ਆਈ ਤੂੰ ਮੇਰੇ ਦਿਲ ਨੂੰ, ਪਰ ਤੂੰ ਮੈਨੂੰ ਇਹ ਤਾਂ ਦੱਸ ਕੀ ਕਮੀ ਸੀ? ਮੈਂ ਤੈਨੂੰ ਆਪਣੇ ਆਪ ਸਭ ਕੁਛ ਦਿੰਦਾ ਸੀ ਕਿ ਚੋਰੀ ਤੂੰ ਕੀਤੀ ਕਿਉਂ? ਮੈਂ ਤੈਨੂੰ ਕਿਹੜਾ ਕੇ ਨਾ ਕਰਦਾ ਸੀ ਕਿਸੇ ਗੱਲ ਤੋਂ? ਮੇਰੀ ਗਰਲਫ੍ਰੈਂਡ ਸੀ, ਅਸੀਂ ਨਾ ਘਰੋਂ ਭੱਜਣ ਦਾ ਪਲਾਨ ਬਣਾਈ ਬੈਠੇ ਸੀ। ਘਰੋਂ ਭੱਜਣ ਦਾ ਪਲਾਨ ਬਣਾਈ ਬੈਠੇ ਸੀ ਤੇ ਇਸ ਕਰਕੇ ਘਰੋਂ ਚੋਰੀ ਕਰ ਲਈ?
होर कोई राह नहीं लभ्या बापू मैं पुत्र वाह प्यो दा घर उजाड़ के अपना मसाला फिटे मूंह तेरा हो जाए इन मैं निकम्मा समझदा सी।